ਤੁਸੀਂ ਦੇਖ ਰਹੇ ਹੋ ਦੈਨੀਸਰ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ ਜਿਹੜੀ ਲੁਧਿਆਣਾ ਵਿਖੇ ਪੰਜਾਬ ਦੀ BJP ਜਿਹੜੀ ਵਿਸਤਾਰਤਾ ਕਾਰਜਕਾਰਨੀ ਜਿਹੜੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ, ਤਾਂ ਕਿਤੇ ਨਾ ਕਿਤੇ ਸਮੂਹ ਜਿਹੜੀ ਪੰਜਾਬ ਦੀ ਲੀਡਰਸ਼ਿਪ ਦਾ ਕੇਂਦਰੀ ਮੰਤਰੀ ਅਸੀਂ ਮੁਝੇ ਖਾਸ ਕਰਕੇ ਜਿਹੜੇ ਭੁਪਿੰਦਰ ਯਾਦਵ ਇਸ ਮੀਟਿੰਗ ਨੂੰ, ਇਸ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਇਸ ਨਾਲ ਪੰਜਾਬ ਦੇ BJP ਪ੍ਰਧਾਨ ਸੁਨੀਲ ਜਾਖੜ ਔਰ ਨੈਸ਼ਨਲ ਜਨਰਲ ਸੈਕਟਰੀ ਔਰ ਇਸ ਤੋਂ ਇਲਾਵਾ ਹੋਰ ਜਿਹੜੀ ਸਮੂਹ ਲੀਡਰਸ਼ਿਪ ਅੱਜ ਵਿਸ਼ੇਸ਼ ਮੀਟਿੰਗ ਲੁਧਿਆਣਾ ਵਿਖੇ ਹੋ ਰਹੀ, ਉਸੇ ਪਹੁੰਚੀ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਨਗਰ ਨਿਗਮ ਦੀਆਂ ਚੋਣਾਂ ਨਾਲ ਪੰਚਾਇਤੀ ਚੋਣਾਂ ਦਾ ਇਸ ਤੋਂ ਮੀਟਿੰਗ ਨੂੰ ਖਾਸ ਦੇਖਿਆ ਜਾ ਸਕਦਾ। ਇਸ ਤਾਂ ਮੇਰੇ ਨਾਲ ਮੌਜੂਦ ਹੈ ਭਾਜਪਾ ਤੋਂ ਲੁਧਿਆਣਾ ਤੋਂ ਜਿਹੜੀ ਖਾਸ ਸੀਨੀਅਰ ਲੀਡਰ ਸੁਖਵਿੰਦਰ ਪਾਲ ਜੀ। ਕਿਸਾ ਦੇਖ ਦਿਓ ਸਰ, ਅੱਜ ਇੱਕ ਵਿਸ਼ੇਸ਼ ਮੀਟਿੰਗ ਹੈ, ਇਸ ਮੀਟਿੰਗ ਨੂੰ ਜਿਹੜੀ ਲੋਕ ਸਭਾ 2024 ਬਿਲਕੁਲ ਬੇਸ਼ੱਕ ਕੋਈ ਸੀਟਾਂ ਆਪਾਂ ਨੂੰ ਨਹੀਂ ਮਿਲੀਆਂ, ਲੇਕਿਨ ਕਿਤੇ ਨਾ ਕਿਤੇ BJP ਦਾ ਪੰਜਾਬ ਦੇ ਕਾਫੀ ਗ੍ਰਾਫ ਵਧਿਆ, ਤਾਂ ਇਸ ਮੀਟਿੰਗ ਨੂੰ ਆਉਣ ਵਾਲੀ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵੀ ਵਿਸ਼ੇਸ਼ ਦੇਖਿਆ ਜਾ ਸਕਦਾ। ਪੰਜਾਬ ਦੇ ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋ ਰਹੀ ਹੈ। ਨੈਚੁਰਲੀ ਗੱਲ ਆ ਵੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਆ, ਤਾਂ ਉਹ ਪੰਜਾਬ ਬਾਰੇ ਮੀਟਿੰਗ ਹੈਗੀ। ਔਰ ਮੈਂ ਸ਼ਾਬਾਸ਼ੇ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਨੂੰ ਦਿੰਦਾ, ਜਿਨ੍ਹਾਂ ਦੀ ਬਦੌਲਤ ਸਾਡਾ ਵੋਟ ਪਰਸੈਂਟ 18.5% ਤੱਕ ਚਲਾ ਗਿਆ ਹੈਗਾ। ਜਦੋਂ ਸਾਡੀ ਗਰੋਥ ਹੋਈ ਆ, ਅਤੇ ਆਉਣ ਵਾਲਾ ਸਮਾਂ ਵੀ ਉਹ ਸਾਡਾ ਸਮਾਂ ਹੈਗਾ, ਭਾਰਤੀ ਜਨਤਾ ਪਾਰਟੀ ਦਾ ਸਮਾਂ ਹੈਗਾ। ਔਰ ਅੱਜ ਸਾਰੇ ਵਰਕਰ ਇੱਕਜੁੱਟ ਅਤੇ ਇੱਕਮੁੱਠ ਬੈਠੇ ਆ, ਔਰ ਇਹਦੇ ਨਾਲ ਜਿਹੜੇ ਵਰਕਰ ਹੈਗੇ ਆ ਹੌਸਲਾ ਵੱਧਦਾ। ਕੇਂਦਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਸ਼੍ਰੀ ਭੁਪਿੰਦਰ ਯਾਦਵ ਜੀ ਉਹ ਅੱਜ ਇੱਥੇ ਆਏ ਹੈਗੇ ਆ, ਕੇਂਦਰ ਵੱਲੋਂ ਵੀ ਉਹ ਆਪਣਾ ਪ੍ਰੋਗਰਾਮ ਕੋਈ ਨਾ ਕੋਈ ਦੇਣਗੇ, ਜਿਹਦੇ ਨੂੰ ਇਨ ਬਿਨ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਾਂਗੇ। ਔਰ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦਾ ਸਮਾਂ ਹੈਗਾ। ਔਰ ਜਿਹੜੇ ਲੋਕ ਪਿੱਛੇ ਆਏ ਆ, ਕਿਉਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ, ਉਹ ਲਾਰੇ ਅਤੇ ਨਾਰੇ ਲਾ ਕੇ ਆਏ ਆ। ਉਹਨਾਂ ਦੇ ਲਾਰੇ ਸੀ ਵੀ 1000 ਰੁਪਈਆ ਦੇਵਾਂਗੇ, ਨਾਰੇ ਦਿੱਤੇ ਪੰਜਾਬ ਨੂੰ ਅਸੀਂ ਇੱਕ ਉਹੋ ਜਿਹਾ ਮਾਨਚੈਸਟਰ ਬਣਾ ਦੇਵਾਂਗੇ ਵੀ ਜਿਹੜਾ ਕਿ ਲੋਕਾਂ ਦੇ ਦੁਨੀਆ ਦੇ ਨਕਸ਼ੇ 'ਚ ਹੋਊਗਾ। ਲਾਰੇ ਵੀ ਔਰ ਨਾਰੇ ਵੀ ਉਹਨਾਂ ਦੇ ਝੂਠੇ ਸੀ, ਔਰ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਹੈਗੇ ਆ। ਜਿਹੜਾ ਭਵਿੱਖ ਹੈਗਾ, ਆਉਣ ਵਾਲਾ ਸਮਾਂ ਹੈਗਾ, ਉਹ ਭਾਰਤੀ ਜਨਤਾ ਪਾਰਟੀ ਦਾ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਰਚਮ ਲਹਿਰਾਊਗਾ। ਤੁਸੀਂ ਖੁਦ ਕਿਸਾਨ ਨੇਤਾ ਰਹੇ ਹੋ, ਦੇਖਦੇ ਕਿੱਦਾਂ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਜਾਰੀ ਕੀਤਾ ਵੀ ਹਰਿਆਣਾ ਸਰਕਾਰ ਨੂੰ 1 ਹਫ਼ਤੇ ਅੰਦਰ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੀ ਇੱਕ ਤਾਕੀਦ ਕੀਤੀ ਆ। ਮੰਨਦੇ ਵੀ ਇਹ ਇੱਕ ਆਉਣ ਵਾਲੇ ਹੁਣ ਪੰਜਾਬ ਦਾ ਇੱਕ ਬਹੁਤ ਵੱਡਾ ਭਵਿੱਖ ਆ, ਔਰ ਜਿਹੜਾ ਖਾਸ ਕਰਕੇ ਵਪਾਰ ਨੂੰ ਕਾਫੀ ਨੁਕਸਾਨ ਹੋਇਆ ਸੀ, ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਪਾਰੀ ਨੁਕਸਾਨ ਆਈ, ਇਹ ਹੁਣ ਇੱਕ ਸਹੀ ਫੈਸਲਾ ਆ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉੱਥੋਂ ਜਿਹੜਾ ਫੈਸਲਾ ਆਇਆ, ਔਰ ਮਾਨਯੋਗ ਹਾਈ ਕੋਰਟ ਨੂੰ ਅਸੀਂ ਸੀਸ ਨਿਵਾਉਂਦੇ ਹੈਗੇ ਹਾਂ, ਸਾਡਾ ਸੀਸ ਉਸ ਕਾਨੂੰਨ ਦੇ ਨਾਲ ਸ਼ਰਧਾਪੂਰਵਕ ਝੁਕਦਾ ਹੈਗਾ। ਔਰ ਨੋ ਡਾਊਟ ਜਿਹੜੀ ਸੜਕ ਖੁੱਲੂਗੀ, ਉੱਥੇ ਲੋਕਾਂ ਦਾ ਆਉਣ ਜਾਣ ਹੋਊਗਾ, ਅਤੇ ਉਹਦਾ ਲਾਭ ਹੋਣਾ ਹੀ ਹੋਣਾ ਹੈਗਾ। ਔਰ ਭਵਿੱਖ ਜਿਹੜਾ ਹੈਗਾ ਉਹ ਕਿਸਾਨਾਂ ਦਾ, ਵਪਾਰੀਆਂ ਦਾ, ਹਰ ਵਰਗ ਦਾ ਇੱਥੇ ਰਲ ਕੇ ਹੈਗਾ, ਕਿਉਂਕਿ ਪੰਜਾਬ ਨੇ ਸਾਂਝੇ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਖੂਨ ਡੋਲਿਆ, ਔਰ ਵੱਡੇ ਵੱਡੇ ਜਿਹੜੇ ਪੰਜਾਬ ਦੇ ਉੱਤੇ ਅਟੈਕ ਹੋਏ ਆ ਪਾਕਿਸਤਾਨ ਵੱਲੋਂ, ਚਾਹੇ ਹੁਣ ਨਸ਼ੇ ਦਾ ਚੱਲ ਰਿਹਾ, ਪਹਿਲਾਂ ਆਤੰਕਵਾਦ ਸੀ, ਉਹਦੇ ਵਿੱਚ ਜਿਹੜਾ ਖੂਨ ਡੋਲਿਆ ਹੈਗਾ ਉਹ ਸਾਂਝਾ ਖੁੱਲਿਆ ਹੈਗਾ। ਔਰ ਇੱਥੇ ਫਾਈਬਰ ਇੰਨਾ ਮਜ਼ਬੂਤ ਹੈ, ਉਹਨੂੰ ਵੀ ਮੂੰਹ ਦੀ ਖਾਣੀ ਪਈ, ਇੱਥੋਂ ਮੁੜਨਾ ਪਿਆ। ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਨੇ, ਦੁਨੀਆ ਭਰ ਦੇ ਵਿੱਚ ਇਹਨਾਂ ਨੇ ਲੋਹਾ ਮਨਵਾਇਆ,
ਪੰਜਾਬ ਪਿੱਛੇ ਨਹੀਂ ਰਹੂਗਾ। ਹਾਈ ਕੋਰਟ ਦੇ ਹੁਕਮਾਂ ਨਾਲ ਸਰਕਾਰ ਨੇ ਸੜਕ ਖੋਲ੍ਹਣੀ ਹੈਗੀ ਆ, ਔਰ ਵਪਾਰੀ ਵਰਗ ਜਿਹੜਾ ਹੈਗਾ ਅਤੇ ਜਿਹੜੇ ਆਉਣ ਜਾਣ ਵਾਲੇ ਮੁਸਾਫਰ ਨੇ ਜਾਂ ਡੇਲੀ ਜਿਹੜੇ ਉੱਥੇ ਕੋਈ ਆਪਣੇ ਕਰਮਚਾਰੀ ਜਾਂ ਆਫਿਸਰ ਜਾਂਦੇ ਹੈਗੇ ਆ, ਉਹਨਾਂ ਨੂੰ ਵੀ ਇੱਕ ਸੁੱਖ ਦਾ ਸਾਹ ਆਊਗਾ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਭਾਜਪਾ ਲੁਧਿਆਣਾ ਤੋਂ ਸੀਨੀਅਰ ਲੀਡਰ ਸੁਖਵਿੰਦਰਪਾਲ ਗਰੇਵਾਲ ਨੂੰ ਦੱਸਦੀ ਕਿ ਕਿਤੇ ਨਾ ਕਿਤੇ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਇੱਕ ਵਿਸ਼ੇ ਜਿਹੜਾ ਫੈਸਲਾ ਹਰਿਆਣਾ ਸਰਕਾਰ ਨੂੰ ਤਾਂ ਵੀ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਅੰਦਰ ਖੋਲ੍ਹ ਤਿਆ ਹੋਵੇ, ਕਿਤੇ ਨਾ ਕਿਤੇ ਜਨ ਹਿੱਤ ਦਾ ਫੈਸਲਾ ਆਇਆ ਤਾਂ ਉਸਦਾ ਵੀ ਵੈਲਕਮ। ਕਿਸਾਨ ਨੇਤਾ ਆ ਸੁਖਵਿੰਦਰਪਾਲ ਗਰੇਵਾਲ ਤਾਂ ਕਿਤੇ ਨਾ ਕਿਤੇ ਵੈਲਕਮ ਕੀਤਾ ਉਸ ਨਿਆਂਪਾਲਿਕਾ ਦੇ ਆਦੇਸ਼ ਦਾ, ਅਤੇ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਪਿੱਛੇ ਪੂਰੇ ਦੇਸ਼ ਦੀ ਜਿਹੜੀ ਪਿੱਛੇ ਵਪਾਰ ਇਸ ਨਾਲ ਬੰਦ ਹੋ ਗਿਆ ਸੀ ਤਾਂ ਹੁਣ ਇਹ ਪੰਜਾਬ ਦਾ ਵਪਾਰ ਕਾਫੀ ਸੁਚਾਰੂ ਅੰਗ ਦਾ ਹੁਣ ਚਾਲੂ ਹੋ ਜਾਏਗਾ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਟੀਵੀ ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।